ਭਾਰਤ ਆਸਟ੍ਰੇਲੀਆ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਸਟੇਡੀਅਮ ਵਿੱਚ ਇੱਕ ਪ੍ਰਸ਼ੰਸਕ ਅਚਾਨਕ ਮੈਦਾਨ ਵਿੱਚ ਪਹੁੰਚ ਗਿਆ। ਇਹ ਵਿਅਕਤੀ ਵਿਰਾਟ ਕੋਹਲੀ ਕੋਲ ਪਹੁੰਚ ਗਿਆ। ਉਸਨੇ ਫ੍ਰੀ ਫਲਸਤੀਨ ਦੀ ਟੀ ਸ਼ਰਟ ਪਾਈ ਹੋਈ ਸੀ। ਹਾਲਾਂਕਿ ਕੁਝ ਦੇਰ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਫੜ ਲਿਆ। ਸੋਸ਼ਲ ਮੀਡੀਆ ਤੇ ਕ੍ਰਿਕਟ ਦੇ ਪ੍ਰਸ਼ੰਸਕ ਇਸ ਨੂੰ ਗੈਰ ਜ਼ਿੰਮੇਵਾਰਾਨਾ ਕਹਿ ਰਹੇ ਨੇ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਮੈਚ ਦੌਰਾਨ ਦਰਸ਼ਕ ਦਾ ਖਿਡਾਰੀਆਂ ਤੱਕ ਪਹੁੰਚਣਾ ਇੱਕ ਗੰਭੀਰ ਮਾਮਲਾ ਏ। ਖਬਰ ਏਜੰਸੀ ਏਐਨਆਈ ਦੀ ਇੱਕ ਵੀਡੀਓ ਵਿੱਚ ਜਦੋਂ ਇਸ ਵਿਅਕਤੀ ਨੂੰ ਪੁਲਿਸ ਲਿਜਾ ਰਹੀ ਸੀ ਤਾਂ ਉਸਨੇ ਆਪਣਾ ਨਾਮ ਜੌਨਸਨ ਦੱਸਿਆ। ਉਸਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਅਤੇ ਉਹ ਮੈਦਾਨ ਵਿੱਚ ਵਿਰਾਟ ਕੋਹਲੀ ਨੂੰ ਮਿਲਣ ਲਈ ਗਿਆ ਸੀ। ਉਸਨੇ ਕਿਹਾ ਕਿ ਉਹ ਫਲਸਤੀਨ ਦਾ ਸਮਰਥਕ ਹੈ। ਫਿਲਹਾਲ ਉਸ ਵਿਅਕਤੀ ਨੂੰ ਅਹਿਮਦਾਬਾਦ ਦੇ ਚਾਂਦਖੇੜਾ ਥਾਣੇ ਲਿਜਾਇਆ ਗਿਆ ਹੈ। ਦਰਅਸਲ ਹਮਾਸ ਅਤੇ ਇਜ਼ਰਾਈਲ ਵਿਚਕਾਰ ਲੜਾਈ ਚੱਲ ਰਹੀ ਏ। ਇਸ ਦੌਰਾਨ ਗਾਜ਼ਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਨੇ।